ਅਸੀਂ ਵਾਸੀ ਹੈਡਕੁਆਰਟਰ ਤੋਂ ਕਾਲ ਕਰ ਰਹੇ ਹਾਂ ਔਰ ਤੁਹਾਡੀ ਕੰਪਲੇਂਟ ਪੁਲਿਸ ਦੇ ਕੋਲ ਹੈ ਔਰ ਤੁਸੀਂ 420 ਵਿੱਚ ਪੁਲਿਸ ਦੇ ਤੁਹਾਡੇ ਚਾਰਜ ਲਾਏ ਨੇ ਔਰ ਅਸੀਂ ਸਟੋਰੀ ਨੂੰ ਕਵਰ ਕਰ ਰਹੇ ਹਾਂ ਕਿ ਤੁਸੀਂ ਫਰਾਡ ਕੀਤਾ ਲੜਕੀ ਨਾਲ ਆਪਣੇ ਹਸਬੰਡ ਨਾਲ ਤੁਹਾਡਾ ਹਸਬੰਡ ਜਿਹੜਾ ਆ ਉਹ ਰਾਜਪੁਰੇ ਤੋਂ ਆ ਅਰਸ਼ਦੀਪ ਤੁਹਾਡਾ ਪਿੰਡ ਫਗਵਾੜਾ ਆ ਸੋ ਤੁਸੀਂ ਆਪਣੇ ਹਸਬੰਡ ਨਾਲ ਫਰਾਡ ਕਿਉਂ ਕੀਤਾ ਤੁਸੀਂ ਉਸ ਨੂੰ ਸਪਾਂਸਰ ਕਿਉਂ ਨਹੀਂ ਕੀਤਾ यूनिवर्सिटी ਇਹਦੇ ਵਿੱਚ ਅਕਾਊਂਟ ਜਿਹੜਾ ਆ ਉਹ ਤੁਹਾਡੇ ਸਹੁਰੇ ਨਾਂ ਤੇ ਸੀਗਾ ਜਾਂ ਤੁਹਾਡੀ ਵਾਈਫ ਦੇ ਨਾਂ ਤੇ ਸੀ ਪਿੰਡ ਕਿਹੜਾ ਤੁਹਾਡਾ ਸਰਦਾਰਪੁਰਾ ਰਾਜਪੁਰਾ ਹਾਂਜੀ ਅਰਸ਼ਦੀਪ ਕਿੰਨੀ ਉਮਰ ਤੁਹਾਡੀ ਸਰ 27 ਸਾਲ ਜੀ 27 ਸਾਲ ਐਜੂਕੇਸ਼ਨ ਕੀ ਹੈ ਸਰ ਮੈਂ ਪਲੱਸ 2 ਤੋਂ ਬਾਅਦ ਡਿਪਲੋਮਾ ਕੀਤਾ ਸੀਗਾ ਕੰਪਿਊਟਰ ਆਪਰੇਟਰਸ ਦਾ ਹੂੰ ਤੁਸੀਂ ਸ਼ਾਦੀ ਕੀਤੀ ਜਾਂ ਬਰਬਾਦੀ ਕੀਤੀ टेलीकास्ट कर सकिए ਪ੍ਰੋਗਰਾਮ ਵਿੱਚ ਇਸ ਵੇਲੇ ਅਰਸ਼ਦੀਪ ਹੈ ਇੱਕ ਮਾਂ ਦਾ ਲੜਕਾ ਅਰਸ਼ ਤੋਂ ਫਰਸ਼ ਤੇ ਕਿਵੇਂ ਆਉਂਦਾ ਹੈ ਸ਼ਾਦੀ ਤੋਂ ਕਿਵੇਂ ਬਰਬਾਦੀ ਹੁੰਦੀ ਹੈ ਇਹ ਦੱਸੇਗਾ ਅਰਸ਼ਦੀਪ 27 ਸਾਲ ਦਾ ਇਹ ਨੌਜਵਾਨ ਲੜਕਾ ਇਸ ਵੇਲੇ ਬੜੀ ਸਟ੍ਰੈਸ ਦੇ ਵਿੱਚ ਹੈ ਸਟ੍ਰੈਸ ਹੋਵੇ ਵੀ ਕਿਉਂ ਨਾ ਜਿਹੜਾ ਕਿ ਸੁਪਨੇ ਲਿਆ ਰਿਹਾ ਹੁੰਦਾ ਕਿ ਮੇਰੀ ਸ਼ਾਦੀ ਹੋ ਗਈ ਹੈ ਹੁਣ ਮੈਂ ਕੈਨੇਡਾ ਜਾਵਾਂਗਾ ਆਪਣੀ ਫੈਮਿਲੀ ਬਣਾਵਾਂਗਾ ਡਾਲਰ ਕਮਾਵਾਂਗਾ ਮਾਂ ਪੇ ਦਾ ਕਰਜ਼ਾ ਲਾਵਾਂਗਾ ਅਤੇ ਆਪਣੀ ਜ਼ਿੰਦਗੀ ਨੂੰ ਬਣਾਵਾਂਗਾ ਅਤੇ ਮਾਂ ਪੇ ਨੂੰ ਵੀ ਜ਼ਿੰਦਗੀ ਦੇ ਵਿੱਚ खुशी का साह देवगा पर यह सब कुछ उल्ट हो रहा है ये कड़ी ऐसा कलहणिया ने ज कलहणे ने जिन्हें करके हो रहा कारण की है सिस्टम क्यों इस तरह मैं बार बार कह रहा सा कैनेडा का इमीग्रेशन सिस्टम है ये दुरुस्त करने की लड़ है कुछ चीज़ों की जिड़े कि जेडे एम पीस ने इन मिनिस्टर ने इन्होंने कन से जू नहीं सरकली अच्छी थोड़ी शादी कि डेट होंगी है किस साल च प्लीज प्रोसीड करो सर 6 जून 2020 जी किन्ने मेहमान जांदे ने सर लॉकडाउन सीगा उदे करके 40 बंदे सीगे जी दोने मुंडे कुड़ी वालों हां जी सर ओके फाइन थोड़ी शादी जेड़ी है तुसी कीती है कि कुड़ी ने आइलेट कीता होया तो मैं कैनेडा चल जाऊंगा दैट्स रीजन हां जी वेरी गुड सर ਇਦਾਂ ਸੀਗਾ ਸਰ ਮਤਲਬ ਉਹਦੇ ਬੈਂਡ ਘੱਟ ਸੀਗੇ ਜੀ ਤੇ ਆਪਾਂ ਦੁਬਾਰਾ ਵੀ ਕਰਵਾਈ ਸੀਗੀ ਆਈਲੈਟ ਆਈ ਨੋ ਬਟ ਮੇਰੇ ਕਹਿਣ ਭਾਵ ਹੈ ਕਿ ਤੁਹਾਡਾ ਇਹਨਾਂ ਸ਼ਾਦੀ ਕਰਾਉਣ ਦਾ ਮਕਸਦ ਇਹ ਸੀ ਕਿ ਮੈਂ ਕੈਨੇਡਾ ਚਲ ਜਾਊਂਗਾ ਇਹ ਜ਼ਰੀਆ ਬਣ ਕੇ ਹਾਂਜੀ ਸਰ ਆਈ ਸੀ ਸੋ ਹੋ ਸਕਦਾ ਤੁਸੀਂ ਇਹਨਾਂ ਸ਼ਾਦੀ ਨਾ ਕਰਾਉਂਦੇ ਜੇ ਨਾ ਇਹਨੇ ਆਈਲੈਟ ਕੀਤੀ ਹੁੰਦੀ ਕਿਸੇ ਹੋਰ ਕੁੜੀ ਨਾਲ ਕਰਾਉਂਦੇ ਸੋ ਇਹ ਤੁਹਾਡੇ ਕੋਲ ਵਿਚੋਲਾ ਸੀ ਜਾਂ ਲਵ ਮੈਰਿਜ ਸੀ ਸਰ ਵਿਚੋਲਾ ਸੀਗਾ ਸਰ ਮਤਲਬ ਲੜਕੀ ਦੀ ਮਾਸੀ ਸੀਗੇ ਜੀ ਲੜਕੀ ਦੀ ਮਾਸੀ ਤੁਹਾਡੀ ਕੀ ਲੱਗਦੀ ਸੀ ਸਰ ਆਪਣੇ ਮਤਲਬ ਫੈਮਿਲੀ ਰਿਲੇਸ਼ਨ ਸੀਗੇ ਉਹਨਾਂ ਨਾਲ ਲੜਕੀ ਜਿਹੜੀ ਤੁਹਾਡੀ ਵਾਈਫ ਹੈ ਦਾ ਨਾਮ ਕੀ ਹੈ ਸਰ ਸਿਮਰਨਪ੍ਰੀਤ ਕੌਰ ਸਿਮਰਨਪ੍ਰੀਤ ਕੌਰ ਇਹਦੀ ਕਿੰਨੀ ਉਮਰ ਹੈ ਸਰ 22 ਸਾਲ 5 ਸਾਲ ਦਾ ਫਰਕ ਸੋ ਤੁਹਾਡੀ ਸ਼ਾਦੀ ਜਿਹੜੀ ਹੈ ਵਿੱਚ ਹੁੰਦੀ ਹੈ ਹਾਂਜੀ ਸਰ ਤੁਹਾਡੀ ਮੈਰਿਜ ਰਜਿਸਟਰ ਹੋ ਚੁੱਕੀ ਹੈ ਜੀ ਸਰ ਬਿਲਕੁਲ ਮੈਰਿਜ ਹੋਣ ਤੋਂ ਪਹਿਲਾਂ ਆਇਲਟ ਕਰ ਚੁੱਕੀ ਸੀ ਜਾਂ ਬਾਅਦ ਚ ਕਰਾਈ ਹੈ ਸਰ ਪਹਿਲਾਂ ਕਰ ਚੁੱਕੀ ਸੀਗੀ ਜੀ ਵੀਜ਼ਾ ਪਹਿਲਾਂ ਆਇਆ ਸੀ ਜਾਂ ਬਾਅਦ ਚ ਆਇਆ ਸਰ ਮਤਲਬ ਵੀਜ਼ਾ ਆ ਗਿਆ ਸੀਗਾ ਪਹਿਲਾਂ ਸੋ ਇਹਨਾਂ ਦੀ ਤੁਹਾਡੇ ਸਹੁਰਿਆਂ ਦੀ ਕੰਡੀਸ਼ਨ ਇਹ ਸੀ ਕਿ ਸਾਨੂੰ ਇੱਕ ਐਸਾ ਬੱਚਾ ਚਾਹੀਦਾ ਸਾਨੂੰ ਐਸਾ ਜਵਾਈ ਚਾਹੀਦਾ ਜਿਹੜਾ ਕਿ ਸਾਡੀ ਲੜਕੀ ਦੀ ਫੀਸ ਭਰੇ ਖਰਚਾ ਕਰੇ ਅਤੇ ਉਹਨੂੰ ਕੈਨੇਡਾ ਭੇਜੇ ਉਸ ਤੋਂ ਬਾਅਦ ਲੜਕੀ ਉਹਨੂੰ ਸਪਾਂਸਰ ਕਰੇਗੀ ਆਮ ਰਾਈਟ ਇਟ ਟਰੂ ਹੈ ਸੱਚ ਹੈ ਜੀ ਸਰ ਬਿਲਕੁਲ ਜੀ ਸਰ ਬਿਲਕੁਲ ਜੇ ਲੋਕ ਲੜਕਾ ਸੱਚ ਬੋਲ ਰਿਹਾ ਮੈਂ ਸਤਿਕਾਰ ਕਰਦਾ ਅਰਸ਼ ਤੁਹਾਡਾ ਬੇਟਾ
ਸੋ ਇਹ ਸਿਰਫ ਇਮੀਗ੍ਰੇਸ਼ਨ ਲੈਣ ਦੀ ਖਾਤਰ ਆ ਓਕੇ ਸੋ ਤੁਸੀਂ ਕਿੰਨੀ ਫੀਸ ਕਿੰਨਾ ਸਮਾਂ ਰਹੇ ਛਾਦੀ ਕਰਕੇ ਕਿੰਨੇ ਦਿਨ ਤੁਹਾਡੇ ਕੋਲ ਰਹੀ ਹੈ ਇਹ ਲੜਕੀ ਸਿਮਰਨਪ੍ਰੀਤ ਕੌਰ ਕਿੰਨੇ ਦਿਨ ਪ੍ਰੀਤਾਂ ਪਾਈਆਂ ਪਿਆਰ ਦੀਆਂ ਪਿੰਗਾਂ ਕਿੰਨਾ ਚਿਰ ਪਾਈਆਂ ਸਰ 8 ਤੋਂ 10 ਮਹੀਨੇ ਓ ਬੁਆਏ 8 ਤੋਂ 10 ਮਹੀਨੇ ਤੁਹਾਡੇ ਨਾਲ ਰਹੇ ਨੇ ਹਾਂਜੀ ਸਰ ਬਿਲਕੁਲ ਸੋ ਤੁਸੀਂ ਇੱਕ ਦੂਜੇ ਨੂੰ ਪਿਆਰ ਕੀਤਾ ਜੀ ਸਰ ਬਿਲਕੁਲ ਤੁਸੀਂ ਖੂਬ ਜ਼ਿੰਦਗੀ ਦਾ ਆਪਣਾ ਮੈਂ ਕਹਿ ਸਕਦਾ ਕਿ ਜੋ ਸੁਪਨਾ ਸੀ ਹਸਬੈਂਡ ਵਾਈਫ ਵਾਲਾ ਉਹ ਪੂਰਾ ਕੀਤਾ ਇੱਕ ਦੂਜੇ ਨਾਲ ਜੀ ਸਰ ਬਿਲਕੁਲ ਜੀ ਕੋਈ ਡਿਸਪਿਊਟ ਤਾਂ ਨਹੀਂ ਹੋਇਆ 8 ਮਹੀਨੇ ਚ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਜੀ ਸੋ ਤੁਹਾਡੀ ਵਾਈਫ ਦੀ ਏਜ 22 ਮਤਲਬ 12 ਕਰਕੇ ਉਸ ਤੋਂ ਬਾਅਦ ਆਈਲਟ ਕੀਤੀ ਆ ਹਾਂਜੀ ਸਰ ਬਿਲਕੁਲ 8 ਮਹੀਨੇ ਤੁਹਾਡੇ ਨਾਲ ਰਹੀ ਹੈ ਕਿਹੜੀ ਡੇਟ ਨੂੰ ਕੈਨੇਡਾ ਆਉਂਦੀ ਆ ਉਹ ਸਰ 10 ਮਾਰਚ 2021 ਚ ਉਹ ਪਿਛਲੇ ਸਾਲ ਆਈ ਆ ਹਾਂਜੀ ਸਰ ਤੁਸੀਂ ਏਅਰਪੋਰਟ ਤੇ ਡ੍ਰੌਪ ਕਰਨ ਆਏ ਸੀ ਹਾਂਜੀ ਸਰ ਕਿਹੜੀ ਏਅਰਪੋਰਟ ਤੇ ਆਏ ਸੀ ਸਰ ਦਿੱਲੀ ਏਅਰਪੋਰਟ ਕਿਹੜੀ ਏਅਰਲਾਈਨ ਚ ਆਏ ਨੇ ਕੈਨੇਡਾ ਚ ਹਾਂਜੀ ਵੇਟ ਅ ਸੈਕਿੰਡ ਸਰ ਮੈਂ ਤੁਹਾਨੂੰ ਦੱਸ ਐਨੀਵੇ ਸੋ ਅਸੀਂ ਇੱਕ ਕਮਰਸ਼ੀਅਲ ਹਾਂਜੀ ਓਕੇ ਸੋ ਅਸੀਂ ਪ੍ਰੋਸੀਡ ਇੱਕ ਸੈਕਿੰਡ ਲਈ ਤੁਹਾਡੀ ਵਾਈਫ ਤੇ ਤੁਹਾਡੇ ਇਨ ਲਾਸ ਤੇ ਤੁਸੀਂ ਪਰਚਾ ਦੇ ਚੁੱਕੇ ਹੋ ਮਤਲਬ ਇਹ ਚਾਰਜ ਹੋ ਚੁੱਕੇ ਨੇ ਚਾਰਜ ਸ਼ੀਟ ਹੋ ਗਏ ਨੇ ਹਜੇ ਫਰੋਡ ਜੀ ਸਰ ਬਿਲਕੁਲ ਓਕੇ ਪਲੀਜ਼ ਸਰ ਲੜਕੀ ਦੀ ਤਸਵੀਰ ਲਾਓ ਇਹਨਾਂ ਦੇ ਵਿਆਹ ਵਾਲੀ ਸਿਮਰਪ੍ਰੀਤ ਕੌਰ ਇਸ ਵੇਲੇ ਕਿੰਨੀ ਉਮਰ ਦੀ ਆ ਬਾਈ ਸਾਲ ਦੀ ਇਸ ਵੇਲੇ ਇਹਦਾ ਪਿੰਡ ਕਿਹੜਾ ਆ ਸਰ ਫਗਵਾੜਾ ਓ ਕਮ ਔਨ ਬੇਬੀ ਤੁਸੀਂ ਐਡੀ ਦੂਰ ਕਿਵੇਂ ਰਸਤਾ ਲੱਭ ਲਿਆ ਫਗਵਾੜਾ ਕਿੱਥੇ ਰਾਜਪੁਰ ਕਿੱਥੇ ਫਗਵਾੜਾ ਚਲੋ ਐਵੀ ਉਹ ਵੀ ਜੀਟੀ ਰੋਡ ਤੇ ਇਹ ਵੀ ਜੀਟੀ ਰੋਡ ਮੇਰੇ ਬਿਲਕੁਲ ਨਜ਼ਦੀਕ ਹੈ ਇਹਦੇ ਮਾਂ ਬਾਪ ਦਾ ਨਾਮ ਕੀ ਹੈ ਸਿਮਰਨਪ੍ਰੀਤ ਦਾ ਸਰ ਸਿਮਰਨਪ੍ਰੀਤ ਦੀ ਮੰਮੀ ਦਾ ਨਾਮ ਹੈਗਾ ਰਾਜਵੀਰ ਕੌਰ ਰਾਜਵੀਰ ਕੌਰ ਬਸਰਾ ਹਾਂਜੀ ਡੈਡ ਦਾ ਸਰ ਬਲਕਾਰ ਸਿੰਘ ਬਸਰਾ ਕੀ ਕੰਮ ਕੀ ਇਹਨਾਂ ਦਾ ਸਰ ਇਹਨਾਂ ਦਾ ਰੇਤਾ ਬਜਰੀ ਦਾ ਕੰਮ ਹੈ ਜੀ ਫਗਵਾੜਾ ਚ ਕੀ ਨਾਮ ਰੇਤਾ ਬਜਰੀ ਜਿਹੜੇ ਕੰਕਰੀਟ ਦਾ ਕੰਮ ਕਰਦੇ ਨੇ ਕੀ ਨਾਮ ਕੀ ਐਸ ਸਰ ਐਕਚੁਅਲੀ ਮਤਲਬ ਇਹਦੇ ਤਾਇਆ ਜੀ ਦੇ ਲੜਕੇ ਇਹਦਾ ਕੰਮ ਹੈ ਰੇਤਾ ਬਜਰੀ ਦਾ ਇਹਦੇ ਫਾਦਰ ਖੇਤੀ ਕਰਦੇ ਨੇ ਹਾਂਜੀ ਬਲਕਾਰ ਸਿੰਘ ਫਗਵਾੜੇ ਦੇ ਵਿੱਚ ਫਗਵਾੜੇ ਲਾਗੇ ਹਾਂਜੀ ਸਰ ਤੁਸੀਂ ਗਏ ਹੋ ਸਾਰੇ ਪਿੰਡ ਆਪਣੇ ਹਾਂਜੀ ਸਰ ਬਿਲਕੁਲ ਕਿੰਨੀ ਵਾਰੀ ਗਏ ਹੋ ਕਮਾਂ ਜਲਦੀ ਕਰੋ ਪਲੀਜ਼ ਸਰ ਗਿਆ ਹੂੰਗਾ 6-7 ਵਾਰੀ 8 ਤੋਂ 9 ਮਹੀਨੇ ਵਾਈਫ ਤੁਹਾਡੇ ਨਾਲ ਰਹੀ ਹੈ ਰਿਲੇਸ਼ਨ ਦੇ ਵਿੱਚ ਔਰ ਰਿਲੇਸ਼ਨ ਦੇ ਵਿੱਚ 8-9 ਮਹੀਨੇ ਕਨ ਅਨਫ ਹੁੰਦੇ ਆ ਕੋਈ ਬੱਚਾ ਤਾਂ ਨਹੀਂ ਲਿਆ ਤੁਸੀਂ ਨਹੀਂ ਸਰ ਬੱਚਾ ਹੋ ਗਿਆ ਸੀ ਨਹੀਂ ਨਹੀਂ ਸਰ ਕੈਨੇਡਾ ਆਣ ਕੇ ਕਿੰਨਾ ਸਮਾਂ ਗੱਲ ਕੀਤੀ ਤੁਹਾਡੇ ਨਾਲ ਤੁਹਾਡੀ ਵਾਈਫ ਸਿਮਰਨਪ੍ਰੀਤ ਕੌਰ ਨੇ ਸਰ ਜਦੋਂ ਤੱਕ ਕੁਆਰੰਟਾਈਨ ਸੀਗੀ ਉਦੋਂ ਤੱਕ ਸਹੀ ਚੰਗੀ ਗੱਲ ਕਰ ਰਹੀ ਸੀਗੀ ਜੀ ਲਾਸਟ ਗੱਲ ਕਦੋਂ ਕੀਤੀ ਹੈ ਤੁਹਾਡੇ ਨਾਲ ਲਾਸਟ ਗੱਲ ਕਦੋਂ ਹੋਈ ਹੈ ਸਰ ਲਾਸਟ ਮਤਲਬ ਲਾਸਟ ਈਅਰ ਕੀਤੀ ਸੀਗੀ ਉਸ ਤੋਂ ਬਾਅਦ ਹੁਣ ਆ 2-4 ਦਿਨਾਂ ਤੋਂ ਗੱਲ ਕਰ ਰਹੀ ਹੈ ਬਸ ਫਾਰਮੈਲਿਟੀ ਦੇ ਤੌਰ ਤੇ ਸਰ ਇਕਦਮ ਹੁਣ ਦੁਬਾਰਾ ਗੱਲ ਕਿੰਨਾ ਗੱਲ ਰੋਕ ਦਿੱਤੀ ਸੀ ਬਲੌਕ ਕਰਤਾ ਸੀਗਾ ਤੁਹਾਨੂੰ ਹਾਂਜੀ ਸਰ ਸਾਰੇ ਕੀ ਤੋਂ ਅਨਫਰੈਂਡ ਕਰਤਾ ਸੀਗਾ ਤੇ ਮੈਨੂੰ ਨੰਬਰ ਤਾਂ ਮਤਲਬ ਲਾਸਟ ਮੰਥ ਦਿੱਤਾ ਇਹਨਾਂ ਨੇ ਉਹ ਕਿਉਂ ਦਿੱਤਾ ਕਿਸ ਡਰ ਤੋਂ ਮਾਰੇ ਦਿੱਤਾ ਫਿਰ ਦੁਬਾਰਾ ਨੰਬਰ ਤੁਸੀਂ ਕੇਸ ਕੀਤਾ ਕਰਕੇ ਸਰ ਮਤਲਬ ਇਹਨਾਂ FIR ਹੋ ਗਈ ਸੀਗੀ ਤਾਂ ਕਰਕੇ FIR ਕੌਣ ਕੌਣ ਨਾਮ ਨੇ ਸਰ ਬਲਕਾਰ ਸਿੰਘ ਰਾਜਵੀਰ ਕੌਰ ਤੇ ਸਿਮਰਨਪ੍ਰੀਤ ਕੌਰ ਤਿੰਨਾਂ ਤੇ ਆ ਹਾਂਜੀ ਕਿਹੜੀ ਧਾਰਾ ਤੇ ਇਹ ਅਰੈਸਟ ਨੇ ਮਤਲਬ ਅਰੈਸਟ ਹੋਣੇ ਇਹਨਾਂ ਨੇ ਜਾਂ ਹੋ ਚੁੱਕੇ ਨੇ ਸਰ 420 ਤੇ 138 ਡੀ ਸੋ ਇਹਨਾਂ ਨੂੰ ਕਲੀਅਰੈਂਸ ਨਹੀਂ ਮਿਲਣੀ ਤਾਂ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਨਹੀਂ ਲੈ ਸਕਦੀ ਪਾਸਪੋਰਟ ਦੇ ਉੱਪਰ ਲਿਖਿਆ ਹੋਇਆ ਕਿ ਸ਼ੀ ਇਜ਼ ਮੈਰਿਡ ਨਹੀਂ ਸਰ ਨਹੀਂ ਨਹੀਂ ਸਰ ਇਹਨੇ ਇਮੀਗ੍ਰੇਸ਼ਨ ਦੱਸਿਆ ਕੈਨੇਡਾ ਨੂੰ ਜਦੋਂ ਆਈ ਆ ਕਿ ਮੈਂ ਸ਼ਾਦੀ ਕਰਾ ਕੇ ਆਈ ਹਾਂ ਕੈਨੇਡਾ ਐਂਟਰ ਹੋਈ ਹਾਂ
ਡੌਨ ਨੂੰ ਮਤਲਬ ਇਹਨੇ ਉਦੋਂ ਤੋਂ ਗੱਲ ਹੀ ਨਹੀਂ ਕੀਤੀ ਹੈਗੀ ਸਰ ਜਦੋਂ ਤੋਂ ਮਤਲਬ ਸਿਸਟਰ ਦੇ ਘਰੇ ਚਲੀ ਗਈ ਜਦੋਂ 8 ਮਹੀਨੇ ਰਹੀ ਹੈ ਉਸ ਤੋਂ ਬਾਅਦ ਵੀਜ਼ਾ ਆਉਂਦਾ ਇਹਨੂੰ ਪਰ ਜਦੋਂ ਵੀਜ਼ਾ ਆਉਂਦਾ ਤੇ ਇਹਨੇ ਡਿਕਲੇਅਰ ਨਹੀਂ ਕੀਤਾ ਕਿ ਆਈ ਐਮ ਮੈਰਿਡ ਵੂਮਨ ਯੈਸ অর ਨੋ ਨਹੀਂ ਸਰ ਦਿਸ ਇਜ਼ ਫਰਾਡ ਹਾਂਜੀ ਤੁਸੀਂ ਫੋਨ ਕੱਲ ਸਵੇਰ ਨੂੰ ਆਪਣੇ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਹੈ ਉਹਨੂੰ ਕਹਿਣਾ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਲੈਟਰ ਲਿਖੇ ਕਿ ਇਹਨੇ ਫਰਾਡ ਕੀਤਾ ਹੈ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੈਗਾ ਅਟੈਚ ਕਰਕੇ ਭੇਜੋ ਔਰ ਇਹ ਮੈਰਿਡ ਹੈ ਮੇਰੇ ਨਾਲ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾ ਸਕੇ ਇਹਦਾ ਪਾਸਪੋਰਟ ਜਿਹੜਾ ਆ ਇਟ ਵਿਲ ਬੀ ਕੈਂਸਲ ਇੰਡੀਅਨ ਕਿਉਂਕਿ ਫਰਾਡ ਕੀਤਾ ਗਵਰਨਮੈਂਟ ਨਾਲ ਠੀਕ ਹੈ ਸਰ ਪੁਲਿਸ ਨੇ ਕਦੋਂ ਐਫ ਆਰ ਆਈ ਕੱਟੀ ਇਹਨਾਂ ਤੇ ਸਰ ਮੈਂ 24 ਸਤੰਬਰ ਲਾਸਟ ਈਅਰ ਕੰਪਲੇਂਟ ਕੀਤੀ ਸੀਗੀ ਤੇ ਐਫ ਆਈ ਆਰ ਹੋਈ ਹੈ 24 ਮਾਰਚ 2022 ਚ ਕਿਹੜੇ ਪੁਲਿਸ ਸਟੇਸ਼ਨ ਡਿਪਟੀ ਦਿੱਤੀ ਹੈ ਜਾਂ ਐਸ ਐਚ ਓ ਨੂੰ ਜਾਂ ਐਸ ਪੀ ਨੂੰ ਸਰ ਐਨ ਆਰ ਆਈ ਵਿੰਗ ਪਟਿਆਲਾ ਐਨ ਆਰ ਆਈ ਵਿੰਗ ਪਟਿਆਲਾ ਕਿਹੜਾ ਪੁਲਿਸ ਅਫਸਰ ਹੈ ਜਿਹਨੇ ਇਹ ਐਕਸ਼ਨ ਲਿਆ ਸਰ ਇੱਕ ਸੈਕਿੰਡ ਦਿਸ ਓਕੇ ਆਈ ਵਿਲ ਫਾਈਂਡ ਆਊਟ ਨੋ ਇਸ਼ੂ ਸੋ ਇਹ ਹੁਣ ਤੁਹਾਡੇ ਜਿਹੜੇ ਸੌਰਵ ਸਾਹਿਬ ਆ ਇਹਨਾਂ ਨੇ ਜ਼ਮਾਨਤ ਹੋ ਚੁੱਕੀ ਹੈ ਜਾਂ ਭਗੌੜੇ ਕਰਾਰ ਨੇ ਸਰ ਮਤਲਬ ਇਹ 2 ਮਹੀਨੇ ਪਹਿਲਾਂ ਸਾਡੇ ਘਰ ਆਏ ਸੀਗੇ ਬਹਾਨੇ ਦੇ ਨਾਲ ਮੰਮੀ ਦੀ ਖਬਰ ਲੈਣ ਵਾਸਤੇ ਐਕਚੁਅਲੀ ਮੰਮੀ ਨੂੰ ਇਸੇ ਟੈਨਸ਼ਨ ਦੇ ਵਿੱਚ ਪੈਰਾਲਾਈਸਿਸ ਹੋ ਚੁੱਕਿਆ ਸਰ ਓਕੇ ਤੇ ਸਰ ਇਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਇੱਕ ਵਾਰੀ ਬੇਲ ਕਰਵਾ ਲੈਣ ਦਿਓ ਕਿ ਅਸੀਂ ਪੇਪਰ ਭੇਜ ਦਾਂਗੇ ਤੇ ਸਰ ਆਪਾਂ ਮਤਲਬ ਕਿ ਚਲੋ ਮੰਨ ਲਿਆ ਵੀ ਜਦੋਂ ਸਾਰੇ ਰਿਸ਼ਤੇਦਾਰ ਆਏ ਸੀਗੇ ਵੀ ਚਲੋ ਭੇਜ ਦੇਣਗੇ ਪੇਪਰ ਐਨੀਵੇ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਵਾਈਫ ਨੇ ਲਾਸਟ ਗੱਲ ਕਰੋ ਕਿ ਤੁਹਾਡਾ ਦੁਬਾਰਾ ਫਿਰ ਕਿੰਨੇ ਮਹੀਨੇ ਹਟ ਕੇ ਫਿਰ ਦੁਬਾਰਾ ਕਾਲ ਕੀਤਾ ਸਰ ਮਤਲਬ ਹੁਣ 15 ਤਰੀਕ ਤੋਂ ਡੇਲੀ 1-2 ਮੈਸੇਜ ਆਉਂਦੇ ਨੇ ਬਸ ਤੁਸੀਂ ਅਟੈਂਡ ਕਰਦੇ ਹੋ ਹਾਂਜੀ ਸਰ ਅਟੈਂਡ ਕਰਦੇ ਹੋ ਤੁਸੀਂ ਪੁੱਛਿਆ ਕਿ ਕਿਉਂ ਮੈਨੂੰ ਬਲੌਕ ਕੀਤਾ ਸੀ ਹਾਂਜੀ ਸਰ ਮੈਂ ਹਾਂਜੀ ਤੁਸੀਂ ਪੁੱਛਿਆ ਸੀ ਕਿ ਮੈਨੂੰ ਬਲੌਕ ਕਿਉਂ ਕੀਤਾ ਪਹਿਲਾਂ ਸਰ ਇਹਨਾਂ ਨੇ ਮੈਨੂੰ ਨੰਬਰ ਹੀ ਨਹੀਂ ਦਿੱਤਾ ਜੀ ਮਤਲਬ ਜੋ ਕੈਨੇਡਾ ਦਾ ਨੰਬਰ ਸੀਗਾ ਨਾ ਉਹ ਦਿੱਤਾ ਹੀ ਨਹੀਂ ਸੀਗਾ ਜੀ 15 ਜੁਲਾਈ ਨੂੰ ਨੰਬਰ ਦਿੱਤਾ ਇਹਨਾਂ ਨੇ ਮੈਨੂੰ ਤੁਸੀਂ ਪੁੱਛਿਆ ਸੀ ਕਿ ਨੰਬਰ ਕਿਉਂ ਦਿੱਤਾ ਸਰ ਕੁਝ ਨਹੀਂ ਇਹਨਾਂ ਨੇ ਦੱਸਿਆ ਹੈਗਾ ਜੀ ਤੁਸੀਂ ਪੁੱਛਿਆ ਨਹੀਂ ਸਰ ਓਕੇ ਦੈਟਸ ਨਾਟ ਰਾਈਟ ਯੂ ਸਪੋਜ਼ ਟੂ ਆਸਕ ਹੁਣ ਤੁਸੀਂ ਜਦ ਫੋਨ ਕਰਦੀ ਆ ਤੁਸੀਂ ਗੱਲਾਂ ਕਰਦੇ ਹੋ ਕਿੰਨਾ ਸਮਾਂ ਗੱਲਾਂ ਕਰਦੇ ਹੋ ਤਾਂ ਮਤਲਬ ਸਿਰਫ ਇੱਕ ਦਿਨ ਹੀ ਆਇਆ ਤੇ ਮਤਲਬ ਮੈਸੇਜ ਟੈਕਸਟ ਮੈਸੇਜ ਆਉਂਦੇ ਨੇ 2-3 ਮੈਸੇਜ ਡੇਲੀ ਬਸ ਤੁਸੀਂ ਗੱਲ ਕਰਦੇ ਹੋ ਹਾਂਜੀ ਸਰ ਮਤਲਬ ਟੈਕਸਟ ਮੈਸੇਜ ਤੇ ਹੀ ਹੁੰਦੀ ਹੈ ਸਰ ਤੁਸੀਂ ਗੱਲ ਕਰਨਾ ਟੈਕਸਟ ਕਰਨਾ ਦੋ ਚੀਜ਼ਾਂ 'ਚ ਫਰਕ ਹੈ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਟੈਕਸਟ ਕਰਦੇ ਹੋ ਤੁਸੀਂ ਵਰਬਲੀ ਗੱਲਾਂ ਕਰਦੇ ਹੋ ਤੁਸੀਂ ਗੱਲ ਨਹੀਂ ਕਰਦੇ ਤੁਸੀਂ ਟੈਕਸਟ ਦਾ ਜਵਾਬ ਟੈਕਸਟ 'ਚ ਦਿੰਦੇ ਹੋ ਠੀਕ ਹੈ ਨਾ ਹਾਂਜੀ ਸਰ ਹਾਂ ਤਾਂ ਫਿਰ ਤੁਸੀਂ ਗੱਲ ਨਹੀਂ ਕਰਦੇ ਹਾਂਜੀ ਸਿਮਨ ਸਤਿ ਸ਼੍ਰੀ ਅਕਾਲ ਜੀ ਸਿਮਰ ਅਸੀਂ ਬਾਸੀਆ ਟੁਕਾਟ ਤੋਂ ਕਾਲ ਕਰ ਰਹੇ ਹਾਂ ਔਰ ਤੁਹਾਡੀ ਕੰਪਲੇਂਟ ਪੁਲਿਸ ਦੇ ਕੋਲ ਹੈ ਔਰ ਤੁਸੀਂ 420 ਵਿੱਚ ਪੁਲਿਸ ਦੇ ਤੁਹਾਡੇ ਚਾਰਜ ਲਾਏ ਨੇ ਔਰ ਅਸੀਂ ਸਟੋਰੀ ਨੂੰ ਕਵਰ ਕਰ ਰਹੇ ਹਾਂ ਕਿ ਤੁਸੀਂ ਫਰਾਡ ਕੀਤਾ ਲੜਕੇ ਨੇ ਆਪਣੇ ਹਸਬੈਂਡ ਨਾਲ ਤੁਹਾਡਾ ਹਸਬੈਂਡ ਜਿਹੜਾ ਆ ਉਹ ਰਾਜਪੁਰੇ ਤੋਂ ਆ ਅਰਸ਼ਦੀਪ ਤੁਹਾਡਾ ਪਿੰਡ ਫਗਵਾੜਾ ਆ ਸੋ ਤੁਸੀਂ ਆਪਣੇ ਹਸਬੈਂਡ ਨਾਲ ਫਰਾਡ ਕਿਉਂ ਕੀਤਾ ਤੁਸੀਂ ਉਸ ਨੂੰ ਸਪਾਂਸਰ ਕਿਉਂ ਨਹੀਂ ਕੀਤਾ ਆਪਣੇ ਹੱਕਾਂ ਦੀ ਵਰਤੋਂ ਕਰ ਸਕਦੇ ਹਾਂ ਸੋ ਇਹ ਸਾਡੇ ਨਾਲ ਬਦਤਮੀਜ਼ੀ ਨਾਲ ਫੋਨ ਕਰ ਸਕਦੀ ਆ ਔਰ ਕਿਸੇ ਨਾਲ ਵੀ ਇਹ ਫੋਨ ਕੱਟ ਸਕਦੀ ਆ ਐਨੀਵੇ ਵੀ ਵਿਲ ਬੀ ਟੇਕ ਦੀ ਐਕਸ਼ਨ ਅਸੀਂ ਇੱਥੇ CBSA ਨੂੰ ਤੇ RCMP ਨੂੰ ਇਹ ਮੈਟਰ ਦੇ ਰਹੇ ਹਾਂ ਤੁਹਾਨੂੰ ਅਸੀਂ ਇੱਕ ਫਾਰਮ ਭੇਜਾਂਗੇ ਤੁਸੀਂ ਕੰਸੈਂਟ ਲੈਟਰ ਦੇਣਾ ਸਾਨੂੰ ਤਾਂ ਕਿ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਲੋਕਾਂ ਨੂੰ ਕਿ ਕਿਵੇਂ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਆਉਣ ਲਈ ਇਹ ਫਰਾਡ ਕਰਦੇ ਨੇ ਪੈਸੇ ਲੈ ਕੇ ਐਂਟਰ ਹੁੰਦੇ ਨੇ ਉਸ ਤੋਂ ਬਾਅਦ ਜਵਾਬ ਦਿੰਦੇ ਨੇ ਔਰ ਤੁਸੀਂ ਇੱਕ ਲੈਟਰ ਤੁਸੀਂ ਭੇਜਣਾ ਇੱਕ ਅਸੀਂ ਭੇਜਾਂਗੇ ਪੁਲਿਸ ਨੂੰ ਇਨਫੋਰਮ ਕਰਾਂਗੇ ਕਿ ਇਹ ਇਹਦਾ ਇਹਦਾ ਬਿਹੇਵੀਅਰ ਕਿਹੋ ਜਿਹਾ ਆ ਫੋਨ ਪਟਾ ਕਰਕੇ ਮੇਰੇ ਮਾਂ ਪਿਓ ਨਾਲ ਗੱਲ ਕਰ ਲਓ ਸਿਮਰਨ ਜੋ ਬਾਜ ਯੋਰ ਬਿਹੇਵੀਅਰ ਸਿਮਰਨਜੀਤ ਤੁਸੀਂ ਵਿਆਹ ਕਰਾਇਆ ਮੁੰਡੇ ਨਾਲ ਤੁਸੀਂ ਹੇਰਾਫੇਰੀ ਕੀਤੀ ਆ ਤੁਸੀਂ ਕੈਨੇਡਾ ਆਉਣ ਦੀ ਖਾਤਰ ਪੈਸੇ ਲੈ ਲਏ ਉਸ ਤੋਂ ਬਾਅਦ ਜਵਾਬ ਦਿੱਤਾ ਜੋ ਤੁਹਾਡੇ ਤੇ 420 ਦਾ ਮੁਕਦਮਾ ਚੱਲਿਆ ਤਾਂ ਤੁਸੀਂ ਟੈਕਸ ਕਰਨਾ ਸ਼ੁਰੂ ਕਰ ਦਿੱਤਾ ਆ ਔਰ ਅਸ਼ਚੀਮਾ ਤੁਸੀਂ ਹੁਣ ਕਿਸੇ ਵੀ ਕਿਸਮ ਦਾ ਤੁਹਾਡੇ ਤੇ ਕੇਸ ਤੁਸੀਂ ਕੀਤਾ ਹੋਇਆ ਇਹਨਾਂ ਕੰਟੈਕਟ ਨਾ ਰੱਖੋ ਇਹਨਾਂ ਬਿਲਕੁਲ ਟੈਕਸ ਮੈਸੇਜ ਜਵਾਬ ਨਾ ਦਿਓ ਤੁਸੀਂ ਬਲੌਕ ਕਰ ਦਿਓ ਇਹਨੂੰ ਜੀ ਸਰ ਬਲੌਕ ਰਾਈਟ ਵੇ ਇਹ ਤੇ ਤੁਸੀਂ ਹੋਰ ਪਰਚਾ ਦੇ ਦਿਓ ਕਿ ਮੈਨੂੰ ਹਰਾਸਮੈਂਟ ਦੇ ਰਹੀ ਹੈ
ਕੱਲ ਨੂੰ ਪੁਲਿਸ ਸਟੇਸ਼ਨ ਜਾ ਕੇ ਇੱਕ ਹੋਰ ਪਰਚਾ ਦੇ ਦਿਓ ਕਿ ਹਰਾਸਮੈਂਟ ਦੇ ਰਹੀ ਮੈਨੂੰ ਜੀ ਸਰ ਐਕਸ਼ਨ ਲਾਓ ਇਹਨਾਂ ਨੂੰ ਅਸੀਂ ਸਬਕ ਸਿਖਾਉਣਾ ਹੈ ਕਿਵੇਂ ਕਿਸ ਤਰ੍ਹਾਂ ਕੈਨੇਡਾ ਦੇ ਸਿਸਟਮ ਨੂੰ ਮੈਸੇਜ ਯੂਜ਼ ਕਰ ਰਹੇ ਲੋਕ ਤੁਹਾਨੂੰ ਧਮਕੇ ਵੀ ਦਿੰਦੇ ਨੇ ਲੋਕ ਸਰ ਬਿਲਕੁਲ ਮਤਲਬ ਇਹਦੀ ਸਿਸਟਮ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਤੁਹਾਡਾ ਪਰਿਵਾਰ ਖਤਮ ਕਰਾ ਦਾਂਗੇ ਤੇ ਇਹਦਾ ਬ੍ਰਦਰ ਵੀ ਮਤਲਬ ਅਸਲੇ ਨਾਲ ਫੋਟੋਆਂ ਅਪਲੋਡ ਕਰਦਾ ਹੈ ਸੋਸ਼ਲ ਮੀਡੀਆ ਤੇ ਨਹੀਂ ਨਹੀਂ ਤੁਹਾ ਇਹਦਾ ਭਰਾ ਸੋਸ਼ਲ ਮੀਡੀਆ ਤੇ ਨਾ ਕਿਹਦੇ ਭਰਾ ਦਾ ਸਰ ਅਰਸ਼ ਇਹਦੇ ਭਰਾ ਨਾ ਅਰਸ਼ ਤੇਰੇ ਨਾਲ ਵੀ ਅਰਸ਼ ਹੈ ਹਾਂਜੀ ਸਰ ਤੁਸੀਂ ਅਰਸ਼ ਚੀਮਾ ਹੈ ਤੇ ਉਹ ਅਰਸ਼ ਕੀ ਹੈ ਸਰ ਮੇਰਾ ਨਾਮ ਅਰਸ਼ਦੀਪ ਹੈ ਸਰ ਤੁਹਾਡਾ ਨਾਮ ਅਰਸ਼ਦੀਪ ਹੈ ਸਰ ਸਭ ਕਰੈਕਟ ਕਰੋ ਪਲੀਜ਼ ਅਰਸ਼ਦੀਪ ਹੈ ਓਕੇ ਤੁਹਾਡਾ ਅਰਸ਼ ਸਰ ਸਾਹਿਬ ਪਲੀਜ਼ ਕਰੈਕਟ ਕਰੋ ਅਰਸ਼ਦੀਪ ਹੈ ਤੇ ਉਹਨਾਂ ਅਰਸ਼ ਕੀ ਹੈ ਅਰਸ਼ ਬਸਰਾ ਸਰ ਅਰਸ਼ ਬਸਰਾ ਅਰਸ਼ ਬਸਰਾ ਜਿਹੜਾ ਕਿ ਬਸਣ ਨਹੀਂ ਦੇ ਰਿਹਾ ਆਪਣੀ ਭੈਣ ਨੂੰ ਐਨੀਵੇ ਸੋ ਇਹ ਜਿਹੜਾ ਅਰਸ਼ ਹੈ ਤੁਹਾਨੂੰ ਥ੍ਰੈਟ ਕੀ ਕਰਦਾ ਹੈ ਸਰ ਮਤਲਬ ਸੋਸ਼ਲ ਮੀਡੀਆ ਤੇ ਅਸਲੇ ਨਾਲ ਫੋਟੋ ਅਪਲੋਡ ਕਰਕੇ ਨਾ ਕਰਨੀਆਂ ਮਿੰਤਾਂ ਮਤਲਬ ਇਦਾਂ ਦੀਆਂ ਸਰ ਕੁਝ ਵਰਡਿੰਗਸ ਵਗੈਰਾ ਲਿਖਦਾ ਆ ਨਹੀਂ ਨਹੀਂ ਸੋਸ਼ਲ ਮੀਡੀਆ ਤੇ ਕੀ ਵੈਪਨ ਦਿਖਾਉਂਦਾ ਤੁਹਾਨੂੰ ਹਾਂਜੀ ਸਰ ਵੈਬ ਨਾਲ ਲਿਖਦਾ ਵੀ ਕੁਝ ਤੈਨੂੰ ਮੈਂ ਕੀ ਕਰ ਦੂੰ ਆਹ ਕਰ ਦੂੰ ਉਹ ਕਰ ਦੂੰ ਕੁਝ ਲਿਖਿਆ ਵੀ ਆ ਸਰ ਉਹ ਇਹਦੀ ਸਿਸਟਰ ਨੇ ਮਤਲਬ ਵਿਚੋਲਣ ਨੂੰ ਕਿਹਾ ਸੀਗਾ ਵੀ ਮੈਂ ਇਹਦਾ ਪਰਿਵਾਰ ਖਤਮ ਕਰਾ ਦੂੰਗੀ ਇਦਾਂ ਉਦਾਂ ਮਤਲਬ ਨਹੀਂ ਵਿਚੋਲਣ ਨੂੰ ਕਹਿਣ ਦਾ ਮਤਲਬ ਨਹੀਂ ਹੈ ਮਤਲਬ ਉਹ ਤਾਂ ਸੁਣੀ ਸੁਣਾਈ ਗੱਲ ਹੈ ਤੁਹਾਨੂੰ ਕਿਹਾ ਤੁਹਾਡੇ ਰਿਕਾਰਡਿੰਗ ਹੈ ਕੋਈ ਨਹੀਂ ਸਰ ਇਹ ਸਿਸਟਰ ਨੇ ਕਿਹਾ ਕਿ ਤੁਹਾਨੂੰ ਖਤਮ ਕਰਾਉਂ ਸਿਸਟਰ ਕਿਹੜੀ ਕੰਟਰੀ ਚ ਹੈ ਸਰ ਕੈਨੇਡਾ ਹੀ ਹੈ ਬ੍ਰੈਂਪਟਨ ਉਹਦੇ ਕੋਲ ਹੀ ਰਹਿੰਦੀ ਹੈ ਇਹ ਸੋ ਉਹ ਤੁਹਾਨੂੰ ਥ੍ਰੈਟ ਕਰਦੀ ਹੈ ਕੈਨੇਡਾ ਤੋਂ ਕਰੀ ਇੱਕ ਤਰ ਮੈਂ ਮਰਾ ਦੂੰਗੀ ਜੀ ਸਰ ਓਕੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਇਸ ਚੀਜ਼ ਦਾ ਸਰ ਮਤਲਬ ਮੈਂ ਟੈਕਸਟ ਮੈਸੇਜ ਖੁਦ ਆਪ ਦੇਖੇ ਨੇ ਇਹਨਾਂ ਦੀ ਇਹਨਾਂ ਨੇ ਮਤਲਬ ਜਿਹੜੀ ਵਿਚੋਲਣ ਦੀ ਕੁੜੀ ਹੈ ਉਹਨੂੰ ਮਤਲਬ ਕੀਤੇ ਸੀਗੇ ਇਹਦੀ ਸਿਸਟਰ ਨੇ ਤੇ ਮਤਲਬ ਮੈਂ ਅੱਖਾਂ ਦੇ ਨਾਲ ਦੇਖੇ ਨੇ ਉਹ ਟੈਕਸਟ ਮੈਸੇਜ ਕੀ ਟੈਕਸਟ ਮੈਸੇਜ ਤੁਹਾਨੂੰ ਤਾਂ ਨਹੀਂ ਆਇਆ ਟੈਕਸਟ ਮੈਸੇਜ ਜਿਹੜੀ ਤੁਹਾਡੇ ਵਿਚੋਲਣ ਦੀ ਕੁੜੀ ਨੂੰ ਆਇਆ ਨਹੀਂ ਸਰ ਮੈਨੂੰ ਨਹੀਂ ਆਇਆ ਜਿਹੜੀ ਵਿਚੋਲਣ ਦਾ ਨਾਂ ਕੀ ਹੈ ਇਹਦੀ ਮਾਸੀ ਦਾ ਨਾਂ ਕੀ ਹੈ ਸਰ ਕਰਮਜੀਤ ਕੌਰ ਸਰ ਤਰਨਜੀਤ ਕਰਮਜੀਤ ਕੌਰ ਸਰ ਤਰਨ ਔਰ ਕਰਨ ਕਰਮਜੀਤ ਕਰਮ ਕਿੰਨੀ ਉਮਰ ਦੀ ਹੈ ਮਾਸੀ ਸਰ 50 ਦੇ ਨੇੜੇ ਤੇੜੇ ਹੋਣਗੇ ਸਰ ਉਹ ਕਿੱਥੋਂ ਕਿਹੜੇ ਪਿੰਡ ਤੋਂ ਆ ਸਰ ਰਾਜਪੁਰਾ ਲੋਕਲ ਹੀ ਨੇ ਜੀ ਅੱਛਾ ਰਾਜਪੁਰੇ ਤੋਂ ਆ ਉਹ ਸੋ ਉਹਦੇ ਹਸਬੰਡ ਦਾ ਨਾਮ ਕੀ ਹੈ ਸਰ ਸਰਦੂਲ ਸਿੰਘ ਇਹ ਕਰਮਜੀਤ ਕੌਰ ਦੀ ਲੜਕੀ ਨੂੰ ਮੈਸੇਜ ਕਰਦੀ ਆ ਇਹ ਤੇਰੀ ਵਾਈਫ ਦੀ ਸਿਸਟਰ ਤੇਰੀ ਵਾਈਫ ਦੀ ਸਿਸਟਰ ਹੈ ਇਹ ਤਾਂ ਛੋਟੀ ਹੈ ਸਿਮਰ ਤੋਂ ਵੱਡੀ ਆ ਸਰ ਵੱਡੀ ਹੈ ਜੀ ਕੀ ਕਹਿੰਦੀ ਇੱਕ ਤੁਹਾਡੇ ਪਰਿਵਾਰ ਨੂੰ ਮੈਂ ਖਤਮ ਕਰ ਦੂੰ ਕੀ ਮੈਸੇਜ ਕੀ ਲਿਖਿਆ ਹੋਇਆ ਸੀ ਟੈਕਸਟ ਤੇ ਕੀ ਲਿਖਿਆ ਹੋਇਆ ਸੀ ਸਰ ਇਦਾਂ ਕਹਿੰਦੀ ਸੀਗੀ ਕਿ ਮੈਂ ਇਹਨਾਂ ਦਾ ਪਰਿਵਾਰ ਖਤਮ ਕਰਾ ਦੂੰਗੀ ਮਤਲਬ ਮੇਰੇ ਗੈਂਗਸਟਰ ਦਾ ਲਿੰਕ ਨੇ ਇਦਾਂ ਦਾ ਕੁਝ ਮਤਲਬ ਲਿਖਿਆ ਹੋਇਆ ਸੀਗਾ ਸਿਮਨ ਦਾ ਬ੍ਰਦਰ ਅਰਸ਼ ਲਾਈਨ ਤੇ ਬਸ ਜੀ ਮਿਸਟਰ ਅਰਸ਼ ਤੁਸੀਂ ਬਸ ਹੈੱਡਕੁਆਰਟਰ ਨਾਲ ਜੁੜ ਚੁੱਕੇ ਹੋ ਔਰ ਅਸੀਂ ਇਸ ਵੇਲੇ ਟੈਲੀਕਾਸਟ ਬ੍ਰੌਡਕਾਸਟ ਕਰ ਰਹੇ ਹਾਂ ਅੱਜ ਤੁਸੀਂ ਦੱਸੋਗੇ ਕਿ ਤੁਹਾਡੀ ਸਿਮਰਪ੍ਰੀਤ ਕੌਰ ਸਿਸਟਰ ਦੀ ਸ਼ਾਦੀ ਅਰਸ਼ਦੀਪ ਨਾਲ ਹੋਈ ਹੈ ਔਰ ਡਿਸਪਿਊਟ ਚੱਲ ਰਿਹਾ ਤੁਸੀਂ ਥ੍ਰੈਟ ਕਰ ਰਹੇ ਹੋ ਕਿ ਤੁਸੀਂ ਉਹਨੂੰ ਮਾਰਨ ਦੀ ਧਮਕੀਆਂ ਦੇ ਰਹੇ ਹੋ ਸੱਚੀ ਗੱਲ ਹੈ ਇਹ ਅਰਸ਼ ਆਈ ਐਮ ਟਾਕਿੰਗ ਟੂ ਯੂ ਸਰ ਸਰ ਤੁਸੀਂ ਉਹਨੂੰ ਗੱਲ ਕਰੋ ਨਾ ਤੁਸੀਂ ਬੋਲੋ ਗੱਲ ਕਰੋ ਤੁਸੀਂ ਪਲੀਜ਼ ਕੈਰੀ ਓਨ ਤੁਹਾਨੂੰ ਅਰਸ਼ ਨੇ ਕੀ ਕਿਹਾ ਟੈਕਸਟ ਕੇ ਕੀਤਾ ਮੈਸੇਜ ਜਾਂ ਕੀ ਕਿਹਾ ਅਰਸ਼ ਨੇ ਤੁਹਾਡੇ ਸਾਰੇ ਨੇ ਕੀ ਕਿਹਾ ਤੁਹਾਨੂੰ ਜਲਦੀ ਬੋਲੋ ਸਰ ਸਰ ਫੋਟੋਜ਼ ਅਪਲੋਡ ਕਰਦਾ ਹੈ ਜੀ ਮਤਲਬ ਇਦਾਂ ਦੀਆਂ ਅਪਲੋਡ ਫੋਟੋਆਂ ਕਰਨ ਦਾ ਮੈਟਰ ਨਹੀਂ ਹੈ ਤੁਹਾਡਾ ਨਾਮ ਮੈਂਸ਼ਨ ਕਰਦਾ ਆ ਨਹੀਂ ਸਰ ਮੈਂ ਨਾਮ ਨਹੀਂ ਮੈਂਸ਼ਨ ਕੀਤਾ ਸਰ ਓਕੇ ਸੋ ਵਟਸ ਪ੍ਰੋਬਲਮ ਦੈਨ ਯੂ ਕੈਨ ਕਲੇਮ ਫੋਟੋ ਕੀ ਕਰਦਾ ਹੈ ਅਪਲੋਡ ਵੈਪਨ ਨੇ ਉਹਦੇ ਕੋਲ ਜੀ ਸਰ ਓਕੇ ਸੋ ਉਹਦੇ ਵਿੱਚ ਕੋਈ ਐਸਾ ਸੰਕੇਤ ਮਿਲਦਾ ਹੈ ਇੰਡੀਕੇਸ਼ਨ ਮਿਲਦੀ ਹੈ ਕਿ ਤੁਹਾਨੂੰ ਥ੍ਰੈਟ ਕਰ ਰਿਹਾ ਮਤਲਬ ਸਰ ਇਦਾਂ ਲਿਖਿਆ ਹੋਇਆ ਸੀਗਾ ਕਰਨੀਆਂ ਮਿੰਤਾਂ ਏਰੀਏ ਚ ਤੜੀ ਹੈ ਇਦਾਂ ਦੀਆਂ ਕੁਝ ਲਿਖਦਾ ਹੈ ਸਰ ਦਿਸ ਇਜ਼ ਅ ਨੌਨਸੈਂਸ ਯੂ ਕੈਨ ਕੰਟਰੋਲ ਦ ਨੌਨਸੈਂਸ ਥਿੰਗਸ ਤੁਹਾਡੀ ਜਿਹੜੀ ਵਾਈਫ ਦੀ ਸਿਸਟਰ ਆ ਉਹਨੇ ਤੁਹਾਡੀ ਮਾਸੀ ਇਹਦੀ ਆ ਉਹਦੀ ਕੁੜੀ ਨੂੰ ਤੁਸੀਂ ਜੋ ਲਿਖਿਆ ਉਹਨੂੰ ਸਨੈਪਚੈਟ ਕੀਤਾ ਔਰ ਤੁਸੀਂ ਫੋਟੋ ਖਿੱਚੀ ਉਹਦੀ ਕੀ ਲਿਖਿਆ ਸੀਗਾ
ਨਹੀਂ ਸਰ ਫੋਟੋ ਨਹੀਂ ਹੈਗੀ ਸਰ ਮੇਰੇ ਕੋਲ ਓਕੇ ਸੋ ਯੂ ਡੋਨਟ ਹੈਵ ਐਨੀ ਪ੍ਰੂਫ ਕੀ ਲਿਖਿਆ ਕੀ ਸੀਗਾ ਜੀ ਸਰ ਲਿਖਿਆ ਕੀ ਸੀਗਾ ਸਰ ਮਤਲਬ ਕਹਿੰਦੀ ਸੀਗੀ ਕਿ ਮੈਂ ਇਹਨਾਂ ਦਾ ਪਰਿਵਾਰ ਖਤਮ ਕਰਵਾ ਦੂੰਗੀ ਲਿਖਿਆ ਤੁਸੀਂ ਪੜਿਆ ਆਪ ਜੀ ਸਰ ਬਿਲਕੁਲ ਪੜਿਆ ਮੈਂ ਓਕੇ ਸੋ ਤੁਸੀਂ ਫੋਟੋ ਖਿੱਚੀ ਹੈ ਨਹੀਂ ਸਰ ਫੋਟੋ ਨਹੀਂ ਹੈਗੀ ਸਰ ਮੇਰੇ ਕੋਲ ਤੁਸੀਂ ਕਿਉਂ ਨਹੀਂ ਖਿੱਚੀ ਸਰ ਮਤਲਬ ਉਹ ਕਹਿਣ ਲੱਗੇ ਸੀਗੇ ਕਿ ਸਾਡੀ ਲੜਾਈ ਹੋ ਜੂਗੀ ਉਹ ਤੁਹਾਨੂੰ ਦੇ ਸਕਦੇ ਪ੍ਰੂਫ ਜਿਹੜੀ ਵਿਚੋਲੀ ਆ ਤੁਹਾਡਾ ਸਾਥ ਦੇ ਰਹੀ ਹੈ ਕਿ ਨਹੀਂ ਸਰ ਮੈਂ ਉਹਨਾਂ ਨੂੰ ਮਤਲਬ ਕਿਹਾ ਸੀਗਾ ਕਿ ਮੈਨੂੰ ਇਸ ਚੀਜ਼ ਦਾ ਪ੍ਰੂਫ ਦੇ ਦਿਓ ਬਟ ਸਰ ਉਹਨਾਂ ਨੇ ਮੈਨੂੰ ਦਿੱਤਾ ਨਹੀਂ ਹੈਗਾ ਜੀ ਨਹੀਂ ਜਿਹੜੀ ਵਿਚੋਲਣੇ ਆ ਉਹ ਤੁਹਾਡੀ ਸਾਈਟ ਤੇ ਆ ਜਾਂ ਉਹ ਆਪਣੀ ਸਿਮਰ ਦੀ ਸਾਈਟ ਤੇ ਆ ਸਰ ਮਤਲਬ ਕਹਿੰਦੇ ਤਾਂ ਸਾਡੀ ਸਾਈਟ ਤੇ ਹੀ ਨੇ ਤੇ ਫਿਰ ਤੇ ਬਟ ਸਰ ਉਹ ਫੋਟੋ ਨਹੀਂ ਇਹਨਾਂ ਨੇ ਦਿੱਤੀ ਹੈਗੀ ਤੁਹਾਡਾ ਕਿੰਨਾ ਖਰਚਾ ਆਇਆ ਕੁੱਲ ਟੋਟਲ ਸਰ 24,75,000 ਦੇ ਦਾ ਪੇਪਰ ਮਤਲਬ ਆਪਾਂ ਪੁਲਿਸ ਸਟੇਸ਼ਨ 'ਚ ਜਮ੍ਹਾਂ ਕਰਵਾਏ ਸੀਗੇ ਸਰ 24 ਲੱਖ ਦੇ ਵਿੱਚੋਂ ਕਿੰਨਾ ਕਲੇਮ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਬਾਈ ਬੈਂਕ ਜਿਹੜਾ ਹੈ ਉਹ ਟ੍ਰਾਂਜੈਕਸ਼ਨ ਹੋਈ ਹੈ ਬੈਂਕ ਦੇ ਵਿੱਚ ਤੁਸੀਂ ਆਪਣੇ ਜੋ ਦੂਜੀ ਬੈਂਕ 'ਚ ਕਿਹਨੂੰ ਭੇਜਿਆ ਸਰ ਸਰ ਹੈਗਾ 22 ਲੱਖ ਦੇ ਨੇੜੇ ਤੇੜੇ 22 ਲੱਖ ਤੁਸੀਂ ਕਿਹੜੇ ਅਕਾਊਂਟ 'ਚ ਭੇਜਿਆ ਹਾਂਜੀ 22 ਤੇ ਸਰ ਪਾਪਾ ਦੇ ਅਕਾਊਂਟ 'ਚ ਕਿਹੜੀ ਬੈਂਕ 'ਚ ਸੀ ਤੇ ਕਿਹੜੀ ਬੈਂਕ 'ਚ ਗਿਆ ਸਰ ਬੈਂਕ ਆਫ ਬੜੌਦਾ ਤੋਂ ਕਿਹੜੀ ਬੈਂਕ 'ਚ ਗਿਆ ਸਰ GIC ਤਾਂ ICICI ਬੈਂਕ 'ਚ ਗਈ ਸੀਗੀ ਤੇ ਫੀਸ ਗਈ ਸੀਗੀ ਯੋਰਕਵਿਲੇ ਯੂਨੀਵਰਸਿਟੀ ਮੇਰਾ ਸਵਾਲ ਇਹ ਆ ਕਿ 22 ਲੱਖ ਰੁਪਈਆ ਕਿਹੜੀਆਂ ਬੈਂਕਾਂ 'ਚ ਗਿਆ ਸਰ ICICI ਬੈਂਕ ਸੀਗਾ GIC ਵਾਲਾ ਤਾਂ ਮਤਲਬ ਮੇਰਾ ਜਿਹੜਾ ਸਵਾਲ ਹੈ ਜਵਾਬ ਦਿਓ ਕਿਹੜੀ ਬੈਂਕਾਂ ਵਿੱਚ ਤੁਸੀਂ 22 ਲੱਖ ਜਮ੍ਹਾਂ ਕਰਾਇਆ ਦੋ ਬੈਂਕਾਂ ਜਾਂ ਇੱਕ ਵਿੱਚ ਸਰ ਦੇਖੋ 6 ਲੱਖ ਤਾਂ GIC ਸੀਗੀ ਉਹ ਤਾਂ ICICI ਬੈਂਕ 'ਚ ਕਰਵਾਈ ਸੀਗੀ ਜੀ ਓਕੇ ਤੇ ਜਿਹੜੀ ਫੀਸ ਸੀਗੀ ਸਰ ਯੋਰਕਵਿਲੇ ਯੂਨੀਵਰਸਿਟੀ ਦੇ ਅਕਾਊਂਟ 'ਚ ਗਈ ਹੈ ਸਰ ਇਹਦੇ ਵਿੱਚ ਅਕਾਊਂਟ ਜਿਹੜਾ ਆ ਉਹ ਤੁਹਾਡੇ ਸਹੁਰੇ ਨਾਂ ਤੇ ਸੀਗਾ ਜਾਂ ਤੁਹਾਡੀ ਵਾਈਫ ਦੇ ਨਾਂ ਤੇ ਸੀ ਸਰ ਸਿੱਧਾ ਮਤਲਬ ਆਪਾਂ ਫੀਸ ਪੇ ਕੀਤੀ ਸੀਗੀ ਫੋਰੈਕਸ ਦੇ ਥਰੂ ਤੁਸੀਂ ਇਹਨਾਂ ਨੂੰ ਕਿਸੇ ਨੂੰ ਪੈਸੇ ਨਹੀਂ ਦਿੱਤਾ ਨਾ ਵਾਈਫ ਨੂੰ ਔਰ ਡਾਇਰੈਕਟ ਤੋਂ ਜਮ੍ਹਾਂ ਕਰਾਏ ਆ ਹਾਂਜੀ ਸਰ ਆਫਟਰ ਮੈਰਿਜ ਜੀ ਸਰ ਸੋ ਆਫਟਰ ਮੈਰਿਜ ਤੁਸੀਂ ਇਹ ਜਮ੍ਹਾਂ ਕਰਾਏ ਆ ਹਾਂਜੀ ਸੋ ਇਹਦੇ ਵਿੱਚ ਹੁਣ ਪੁਲਿਸ ਨੇ ਚਾਰਜ ਕੀਤੇ ਨੇ ਔਰ ਇਹਨਾਂ ਦੀ ਜ਼ਮਾਨਤਾਂ ਹੋਈਆਂ ਜਾਂ ਨਹੀਂ ਸਰ ਜ਼ਮਾਨਤਾਂ ਹੋ ਚੁੱਕੀਆਂ ਸਰ ਓਕੇ ਸੋ ਕੇਸ ਜਿਹੜਾ ਕੋਰਟ ਦੇ ਵਿੱਚ ਇਸ ਵੇਲੇ ਹੁਣ ਤੁਸੀਂ ਡਿਮਾਂਡ ਕੀ ਕਰਦੇ ਹੋ ਤੁਸੀਂ ਚਾਹੁੰਦੇ ਤੁਹਾਨੂੰ ਪੈਸਾ ਮਿਲ ਜਾਵੇ ਜਾਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਉਹਨੇ ਸਪੌਂਸਰ ਵੀ ਕੀਤਾ ਇੰਨੇ ਸਮੇਂ ਵਿੱਚ ਜਾਂ ਨਹੀਂ ਕਿਵੇਂ ਸਰ ਤੁਹਾਨੂੰ ਇਹਨੇ ਸਪੌਂਸਰ ਕੀਤਾ ਜਾਂ ਨਹੀਂ ਹਾਲ ਤੀ ਨਹੀਂ ਸਰ ਕੀ ਕਹਿੰਦੀ ਹੈ ਕਿ ਹੁਣ ਜੋ ਤੁਹਾਨੂੰ ਟੈਕਸ ਕਰਦੀ ਹੈ ਕੀ ਟੈਕਸ ਕਰਦੀ ਆ ਅੱਜ ਕੱਲ੍ਹ ਜੋ ਟੈਕਸ ਆਏ ਨੇ ਕੱਲ੍ਹ ਆਏ ਕੱਲ੍ਹ ਵੀ ਇਹਨੂੰ ਟੈਕਸ ਕੀਤਾ ਸੀਗਾ ਕਿ ਪੇਪਰ ਭੇਜ ਦਿਓ ਨਹੀਂ ਤੁਸੀਂ ਨਾਲ ਮੈਨੂੰ ਕਹਿ ਰਹੇ ਹੋ ਕਿ ਮੈਂ ਪਰਚਾ ਕਰ ਦਿੱਤਾ ਹੈ ਤੇ ਮੈਨੂੰ ਇਹ ਟੈਕਸ ਕਰਦੀ ਆ ਹੁਣ ਤੁਸੀਂ ਕਹਿੰਦੇ ਕਿ ਤੁਸੀਂ ਕਰ ਰਹੇ ਹੋ ਸਰ ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਆਹ ਪਰਚਾ ਹੋਣ ਤੋਂ ਬਾਅਦ ਇਹਨਾਂ ਨੇ 15 ਜੁਲਾਈ ਨੂੰ ਮੈਨੂੰ ਨੰਬਰ ਦਿੱਤਾ ਹੈ ਜੀ ਕੁੜੀ ਆਈ ਨੋ ਨਹੀਂ ਹੁਣ ਲੜਕੀ ਜਿਹੜੀ ਆ ਮੇਰਾ ਸਵਾਲ ਇਹ ਆ ਕਿ ਤੁਸੀਂ ਹੁਣ ਉਹਨੂੰ ਫੋਨ ਕਰਦੇ ਹੋ ਜਾਂ ਉਹ ਕਰਦੀ ਹੈ ਤੁਹਾਡੇ ਫੋਨ ਤੇ ਗੱਲ ਤਾਂ ਹੁੰਦੀ ਟੈਕਸ ਤੇ ਕਰਦੇ ਤੁਸੀਂ ਸਰ ਨਹੀਂ ਸਰ ਫੋਨ ਤੇ ਗੱਲ ਨਹੀਂ ਹੋਈ ਵਟਸਐਪ ਤੇ ਗੱਲ ਹੁੰਦੀ ਹੈ ਸਰ ਵਟਸਐਪ ਤੇ ਗੱਲ ਤੁਸੀਂ ਮੈਸੇਜ ਮਰਦ ਕਰਦੇ ਚੈਟ ਕਰਦੇ ਤੁਸੀਂ ਬੋਲਦੇ ਨਹੀਂ ਆਪਸ ਵਿੱਚ ਜੀ ਸਰ ਓਕੇ ਸੋ ਤੁਹਾਡਾ ਕੇਸ ਚੱਲਦਾ ਡੋਨਟ ਡਾਇਲ ਹਰ ਨੰਬਰ ਫਰੋਮ ਨਾਓ ਔਨ ਜੀ ਜੀ ਸਰ ਹਾਂ ਤੁਸੀਂ ਇਹਦਾ ਨੰਬਰ ਡਾਇਲ ਨਹੀਂ ਕਰਨਾ ਇਹਦਾ ਨੰਬਰ ਬਲੌਕ ਕਰ ਦਿਓ ਜੀ ਸਰ ਰਾਈਟ ਵੇ ਨੰਬਰ ਫੋਨ ਬਲੌਕ ਕਰੋ ਉਸ ਤੋਂ ਬਾਅਦ ਐਕਸ਼ਨ ਲਾਓ ਇਹਦਾ ਪਾਸਪੋਰਟ ਕੈਂਸਲ ਹੋਇਆ ਵੇ ਔਰ ਇਹਨੂੰ ਇਮੀਗ੍ਰੇਸ਼ਨ ਨਹੀਂ ਮਿਲ ਸਕਦੀ ਕਿਉਂਕਿ ਇਹਦੇ ਉੱਪਰ ਪਰਚਾ ਦਰਜ ਹੈ ਸੋ ਤੁਸੀਂ ਇਹਨਾਂ ਗੱਲ ਨਾ ਕਰੋ ਸਰ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਸਟੇਸ਼ਨ ਵਾਲਿਆਂ ਨੇ ਇਹਨਾਂ ਨੂੰ ਈਮੇਲ ਕੀਤੀ ਸੀਗੀ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਓਕੇ ਤੇ ਸਰ ਇਹਨਾਂ ਨੇ ਮਤਲਬ ਕੋਈ ਰਿਪਲਾਈ ਨਹੀਂ ਕੀਤਾ ਸਰ ਉਹਦਾ ਚਲੋ ਇਹ ਪੁਲਿਸ ਦਾ ਮੈਟਰ ਹੈ ਉਹਨੇ ਕੀਤਾ ਜਾਂ ਨਹੀਂ ਕੀਤਾ ਦਿਸ ਇਜ਼ ਪੁਲਿਸ ਇਸ਼ੂ ਇਹ ਤੁਹਾਡੇ ਇਸ਼ੂ ਨਹੀਂ ਹੈ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈ ਔਰ ਪੁਲਿਸ ਨੇ ਆਪਣੇ ਮੁਤਾਬਕ ਕਰਨੀ ਹੈ ਔਰ ਪੁਲਿਸ ਜਿਹੜੀ ਹੈ ਕਿਸ ਐਂਗਲ ਤੋਂ ਲੈਂਦੀ ਹੈ ਇਹ ਉਹਨਾਂ ਦੀ ਡਿਊਟੀ ਹੈ ਮੀਡੀਆ ਵੱਲ ਸਾਡੀ ਆਪਣੀ ਡਿਊਟੀ ਹੈ ਹੁਣ ਤੁਸੀਂ ਚਾਹੁੰਦੇ ਕੀ ਹੋ ਇਹਨਾਂ ਤੋਂ ਪੈਸੇ ਲੈਣਾ ਮੰਗਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਪੌਂਸਰ ਕਰੇ ਇਹ ਸਰ
ਸਰ ਮਤਲਬ ਜਿੱਦਾਂ ਮਰਜ਼ੀ ਕਰ ਲੈਣ ਚਾਹੇ ਪੈਸੇ ਦੇ ਦੇਣ ਚਾਹੇ ਪੇਪਰ ਭੇਜ ਦੇਣ ਸਰ ਆਪਾਂ ਤਾਂ ਮਤਲਬ ਸਾਰੇ ਪਾਸੇ ਤੋਂ ਤਿਆਰ ਹਾਂ ਸਰ ਮੈਂ ਤੁਸੀਂ ਕੈਨੇਡਾ ਆਉਣ ਦੀ ਖਾਤਰ ਹੀ ਇਹ ਸਾਰੇ ਪੈਸੇ 24 ਲੱਖ ਰੁਪਈਆ ਬਰਬਾਦ ਕੀਤਾ ਹੈ ਨਹੀਂ ਨਹੀਂ ਸਰ ਜੈਨੂਇਨ ਮੈਰਿਜ ਸੀਗੀ ਸਰ ਸਾਡੀ ਨਹੀਂ ਜੈਨੂਇਨ ਮੈਰਿਜ ਤਾਂ ਸੀ ਪਰ ਜੈਨੂਇਨ ਮੈਰਿਜ ਜਿਹੜੀ ਆ ਤੁਸੀਂ ਕਿਤੇ ਹੋਰ ਕਰਾ ਸਕਦੇ ਸੀ ਇਹਨਾਂ ਕਿਉਂ ਕਰਾਇਆ ਕਿਉਂਕਿ ਇਹਨੇ ਆਈਲਟ ਕੀਤੀ ਹੋਈ ਸੀ ਤੁਹਾਡੇ ਮਨ ਵਿੱਚ ਸੀਗਾ ਕਿ ਆਈਲਟ ਕਰ ਲਈ ਤੇ ਮੈਂ ਕੈਨੇਡਾ ਚੱਲ ਜਾਊਂਗਾ ਜੀ ਬਸ ਨਾ ਤਾਂ ਇਹਨਾਂ ਦੀ ਸੱਸ ਤੇ ਨਾ ਹੀ ਸਾਲਾ ਇਹਨਾਂ ਦਾ ਤੇ ਨਾ ਹੀ ਇਹਨਾਂ ਦੀ ਵਾਈਫ ਕੋਈ ਵੀ ਫੋਨ ਨਹੀਂ ਚੱਕ ਰਿਹਾ ਹੁਣ ਵਿਚੋਲਣ ਦਾ ਨੰਬਰ ਇਹਨਾਂ ਤੋਂ ਲੈ ਕੇ ਮੈਂ ਕਰ ਸਕਦੇ ਹਾਂ ਵਿਚੋਲਣ ਦਾ ਨੰਬਰ ਹੈ ਇਹਨਾਂ ਦਾ ਜੀ ਸਰ ਹੈਗਾ ਵਿਚੋਲਣ ਦਾ ਨੰਬਰ ਪਲੀਜ਼ WhatsApp ਤੇ ਸਾਨੂੰ ਭੇਜ ਦਿਓ ਚਲਦੀ ਕਾਲ ਦੇ ਵਿੱਚ ਜਲਦੀ ਕਾਲ ਜੀ ਸਰ ਮੈਂ ਕਰ ਰਿਹਾ ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ ਸਰ ਸਾਹਿਬ ਟੇਕ ਪਬਲਿਕ ਓਪੀਨੀਅਨ ਪਲੀਜ਼